ਜਦੋਂ ਤੋਂ ਹੀ ਕੈਨੇਡਾ ਦੇ ਵੱਲੋਂ ਇਹ ਕਿਹਾ ਗਿਆ ਕਿ ਉਹਨਾਂ ਦੇ ਨਾਗਰਿਕ ਹਰਦੀਪ ਸਿੰਘ ਨਿਜਰ ਦੇ ਕਤਲ ਦੇ ਵਿੱਚ ਭਾਰਤੀ ਏਜੰਸੀਆਂ ਦਾ ਹੱਥ ਹੈ ਕੈਨੇਡੀਅਨ ਸਰਕਾਰ ਨੇ ਕਾਰਵਾਈ ਕਰਦਿਆਂ ਹੋਇਆ ਕੈਨੇਡਾ ਦੇ ਵਿਦੇਸ਼ ਮੰਤਰਾਲੇ ਨੇ ਕਾਰਵਾਈ ਕਰਦਿਆਂ ਹੋਇਆ ਉੱਥੋਂ ਇੱਕ ਉੱਚ ਭਾਰਤੀ ਡਿਪਲੋਮੈਟ ਨੂੰ ਕੱਢ ਵੀ ਦਿੱਤਾ ਇਸ ਤੋਂ ਬਾਅਦ ਭਾਰਤ ਸਰਕਾਰ ਦਾ ਪ੍ਰਤੀਕਰਮ ਸਾਹਮਣੇ ਆਉਂਦਾ ਭਾਰਤ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਇਹ ਦੋਸ਼ ਬਣੇ ਬੇਬੁਨਿਆਦ ਹਨ ਔਰ ਇਹ આરોਪ ਲਗਾਏ ਜਾ ਰਹੇ ਹਨ ਕੈਨੇਡੀਅਨ ਸਰਕਾਰ ਦੇ ਵੱਲੋਂ ਔਰ ਇਸ ਤੋਂ ਬਾਅਦ ਲਗਾਤਾਰ ਜਿਸ ਤਰੀਕੇ ਦੇ ਨਾਲ ਕੈਨੇਡਾ ਦੀ ਸਰਕਾਰ ਨੇ ਇੱਕ ਉੱਚ ਡਿਪਲੋਮੈਟ ਨੂੰ ਕੈਨੇਡਾ ਤੋਂ ਕੱਢਿਆ ਔਰ ਉਸੇ ਤਰਜ਼ ਤੇ ਭਾਰਤ ਸਰਕਾਰ ਨੇ ਪ੍ਰਤੀਕਿਰਿਆ ਵਜੋਂ ਕੈਨੇਡਾ ਦੇ ਇੱਕ ਉੱਚ ਡਿਪਲੋਮੈਟ ਨੂੰ ਭਾਰਤ ਵਿੱਚੋਂ 5 ਦਿਨਾਂ ਵਿੱਚ ਦੇਸ਼ ਛੱਡਣ ਲਈ ਕਹਿ ਦਿੱਤਾ ਇਸ ਤੋਂ ਬਾਅਦ ਲਗਾਤਾਰ ਕੈਨੇਡਾ ਦੇ ਵੱਲੋਂ ਆਪਣੇ ਨਾਗਰਿਕਾਂ ਲਈ ਟਰੈਵਲ ਐਡਵਾਈਜ਼ਰੀਆਂ ਜਾਰੀ ਕੀਤੀਆਂ ਜਾ ਰਹੀਆਂ ਨੇ ਇਸ ਦੇ ਨਾਲ ਹੀ ਭਾਰਤ ਸਰਕਾਰ ਦੇ ਵੱਲੋਂ ਵੀ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਆ ਉਹ ਜਾਰੀ ਕੀਤੀ ਜਾ ਰਹੀ ਹੈ ਇਹਨਾਂ ਦੋਹਾਂ ਦੇਸ਼ਾਂ ਦਾ ਜਿਹੜਾ ਕੂਟਨੀਤਿਕ ਤਣਾਅ ਉਹ ਲਗਾਤਾਰ ਵਾਦਾ ਜਾ ਰਿਹਾ ਤਾਂ ਇਸ ਦਰਮਿਆਨ ਪੂਰੇ ਵਿਸ਼ਵ ਦੇ ਵਿੱਚ ਇਹ ਮਸਲਾ ਜਿਹੜਾ ਉਹ ਚਰਚਾ ਬਣਿਆ ਹੋਇਆ ਤਾਂ ਹੁਣ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਮਾਮਲਾ ਸ਼ੁਰੂ ਕੀਤਾ ਕਿੱਥੋਂ ਹੁੰਦਾ ਤਾਂ ਹਰਦੀਪ ਸਿੰਘ ਨਿੱਜਰ ਤੋਂ ਸ਼ੁਰੂ ਹੁੰਦਾ ਹੈ ਇਹ ਮਾਮਲਾ ਹਰਦੀਪ ਸਿੰਘ ਨਿੱਜਰ ਦਾ ਕਤਲ ਸਰੀ ਦੇ ਗੁਰਦੁਆਰਾ ਦੀ ਪਾਰਕਿੰਗ ਦੇ ਵਿੱਚ ਕਰ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਲਗਾਤਾਰ ਜਿਹੜਾ ਉੱਥੇ ਜਿਹੜੇ ਖਾਲਸਤਾਨੀ ਸਮਰਥਕ ਨੇ ਜਾਂ ਉੱਥੋਂ ਦਾ ਜਿਹੜਾ ਸਿੱਖ ਪਾਈਚਾਰਾ ਉਹਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਇਸ ਕਤਲ ਦਾ ਅਨਸਾਫ ਹੋਵੇ ਤੱਕ ਕੈਨੇਡੀਅਨ ਸਰਕਾਰ ਨੇ ਪਾਰਲੀਮੈਂਟ ਦੇ ਵਿੱਚ ਇਹ ਪੱਖ ਵੀ ਰੱਖਿਆ ਕਿ ਉਹਨਾਂ ਦੀ ਪੜਤਾਲ ਦੌਰਾਨ ਜਾਂਚ ਏਜੰਸੀਆਂ ਨੇ ਇਹ ਤੱਥ ਆ ਜਿਹੜੇ ਉਹ ਲੈ ਕੇ ਆਂਦੇ ਨੇ ਤਾਂ ਇਸ ਦੀ ਅੱਜ ਦੀ ਇਸ ਖਾਸ ਰਿਪੋਰਟ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਹਰਦੀਪ ਸਿੰਘ ਨਿੱਜਰ ਕੌਣ ਸਨ ਭਾਰਤ ਸਰਕਾਰ ਨੂੰ ਉਹ ਕਿਹੜੇ-ਕਿਹੜੇ ਮਾਮਲਿਆਂ ਦੇ ਵਿੱਚ ਲੋੜੀ ਦੇ ਸਨ ਖਾਲਿਸਤਾਨੀ ਟਾਈਗਰ ਫੋਰਸ ਦੇ ਨਾਲ ਉਹਨਾਂ ਦੇ ਕੀ ਸਬੰਧ ਸਨ 2020 ਰੈਫਰੈਂਡਮ ਦੇ ਨਾਲ ਉਹ ਕਿਸ ਤਰ੍ਹਾਂ ਜੁੜੇ ਹੋਏ ਸਨ ਇਸ ਦੇ ਨਾਲ ਹੀ ਉਹਨਾਂ ਦੇ ਉੱਪਰ ਕਿੰਨਾ ਇਨਾਮ ਰੱਖਿਆ ਗਿਆ ਸੀਗਾ ਭਾਰਤ ਦੇ ਵਿੱਚ ਇਸ ਦੇ ਨਾਲ ਇਹ ਵੀ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਸਨ 2018 ਦੇ ਵਿੱਚ ਜਦੋਂ ਕੈਨੇਡੀਅਨ ਪ੍ਰਧਾਨ ਮੰਤਰੀ ਭਾਰਤ ਆਉਂਦੇ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਹਰਾਂ ਦੇ ਵੱਲੋਂ ਇੱਕ ਲਿਸਟ ਵੀ ਦਿੱਤੀ ਗਈ ਸੀ ਉਸ ਲਿਸਟ ਦੇ ਵਿੱਚ ਕੀ ਸੀ ਉਹ ਵੀ ਤੁਹਾਨੂੰ ਦੱਸਣ ਜਾ ਰਹੇ ਹਰਦੀਪ ਸਿੰਘ ਨਿੱਜਰ ਕਿੱਥੋਂ ਦੇ ਰਹਿਣ ਵਾਲੇ ਸਨ ਇਹ ਵੀ ਤੁਹਾਨੂੰ ਦੱਸਣ ਜਾ ਰਹੇ ਹਾਂ ਉਹਨਾਂ ਦਾ ਉਹਨਾਂ ਦੇ ਬਾਰੇ ਇਸ ਖਾਸ ਰਿਪੋਰਟ ਦੇ ਵਿੱਚ ਅਸੀਂ ਗੱਲ ਕਰਾਂਗੇ ਖਾਲਸਤਾਨੀ ਸਮਰਥਕ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਚਰਚਾ ਪੂਰੀ ਦੁਨੀਆ ਦੇ ਵਿੱਚ ਹੋ ਰਹੀ ਹੈ ਭਾਰਤੀ ਮੀਡੀਆ ਦੇ ਵਿੱਚ ਵੀ ਉਹਨਾਂ ਨੂੰ ਹੋਰ ਤਰੀਕੇ ਨਾਲ ਹੋ ਸਕਦਾ ਪੇਸ਼ ਕੀਤਾ ਜਾ ਰਿਹਾ ਹੋਵੇ ਪਰ ਹਾਂ ਉਹਨਾਂ ਦੇ ਬਾਰੇ ਜਿਹੜੀ ਸਹੀ ਜਾਣਕਾਰੀ ਹੈ ਉਹ ਕਿਤੇ ਵੀ ਦਿੱਤੀ ਨਹੀਂ ਜਾ ਰਹੀ ਹਰ ਏਜੰਡੇ ਦੇ ਵਿੱਚ ਤਹਿਤ ਉਹਨਾਂ ਨੂੰ ਜਿਹੜਾ ਪੇਸ਼ ਕੀਤਾ ਜਾ ਰਿਹਾ ਤਾਂ ਕੌਣ ਸਨ ਅਸੀਂ ਦੱਸਣ ਜਾ ਰਹੇ ਹਾਂ ਤੁਹਾਨੂੰ ਇਸ ਖਾਸ ਰਿਪੋਰਟ ਦੇ ਵਿੱਚ ਤਾਂ ਹਰਦੀਪ ਸਿੰਘ ਨਿੱਜਰ ਦਾ ਜਨਮ 4 ਅਕਤੂਬਰ 1977 ਨੂੰ ਹੋਇਆ ਉਹ ਜਲੰਧਰ ਦੇ ਪਿੰਡ ਭਾਗਪੂਰਾ ਦੇ ਰਹਿਣ ਵਾਲੇ ਸਨ ਨਿੱਜਰ 1997 ਵਿੱਚ ਕੈਨੇਡਾ ਗਏ ਸਨ ਉਹਨਾਂ ਨੇ ਇੱਕ ਰਿਫਿਊਜੀ ਦੇ ਤੌਰ ਤੇ ਨਾਗਰਿਕਤਾ ਲੈਣ ਲਈ ਅਪਲਾਈ ਕੀਤਾ ਸੀ ਤਾਂ ਉਹਨਾਂ ਦੀ ਇਸ ਨਾਗਰਿਕ ਇਸ ਨਾਗਰਿਕਤਾ ਦੀ ਜਿਹੜੀ ਐਪਲੀਕੇਸ਼ਨ ਸੀ ਉਸ ਨੂੰ ਕੈਨੇਡਾ ਦੀ ਸਰਕਾਰ ਨੇ 1998 ਵਿੱਚ ਖਾਰਜ ਕਰ ਦਿੱਤਾ ਸੀਗਾ ਫਿਰ ਜਦੋਂ ਉਹਨਾਂ ਨੇ ਉੱਥੇ ਇੱਕ ਔਰਤ ਨਾਲ ਵਿਆਹ ਕਰਾਇਆ ਤਾਂ ਉਹਨਾਂ ਨੂੰ ਕੈਨੇਡਾ ਦੀ ਨਾਗਰਿਕਤਾ ਮਿਲ ਗਈ ਹਰਦੀਪ ਸਿੰਘ ਨਿੱਜਰ ਦੇ ਦੋ ਪੁੱਤਰ ਹਨ ਇੱਥੇ ਹੀ ਦੱਸ ਦਈਏ ਕਿ ਕੈਨੇਡੀਅਨ ਨਾਗਰਿਕ ਮੰਤਰਾਲੇ ਅਨੁਸਾਰ ਉਹ 3 ਮਾਰਚ 2015 ਨੂੰ ਕੈਨੇਡਾ ਦੇ ਨਾਗਰਿਕ ਬਣੇ ਹਰਦੀਪ ਸਿੰਘ ਨਿੱਜਰ ਕੈਨੇਡਾ ਦੇ ਵਿੱਚ ਕੰਮਕਾਰ ਦੇ ਤੌਰ ਤੇ ਪਲੰਬਰ ਦਾ ਕੰਮ ਕਰਦੇ ਸਨ ਸਰੀ ਦੇ ਗੁਰੂ ਨਾਨਕ ਗੁਰਦੁਆਰਾ ਸਰੀ ਦੇ ਸਿੱਖ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੇ ਵਿੱਚੋਂ ਪ੍ਰਧਾਨ ਸਨ ਜਿੱਥੇ ਉਹਨਾਂ ਦੀ ਪਾਰਕਿੰਗ ਲੋਟ ਵਿੱਚ 18 ਜੂਨ ਦੀ ਰਾਤ ਨੂੰ 2023 18 ਜੂਨ ਦੀ ਸ਼ਾਮ ਨੂੰ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਦੋ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਤਾਂ ਹੁਣ ਗੱਲ ਕਰਦੇ ਹਾਂ ਭਾਰਤ ਵਿੱਚ ਉਹਨਾਂ ਤੇ ਕੀ ਕੀ ਇਲਜ਼ਾਮ ਸਨ ਭਾਰਤ ਵਿੱਚ ਉਹਨਾਂ ਤੇ ਇਲਜ਼ਾਮ ਸਨ ਕਿ ਉਹ ਪ੍ਰੋ ਖਾਲਸਤਾਨੀ ਗਰੁੱਪਾਂ ਦੇ ਨਾਲ ਸਬੰਧ ਰੱਖਦੇ ਨੇ ਖਾਲਸਤਾਨੀ ਟਾਈਗਰ ਫੋਰਸ ਦੇ ਨਾਲ ਸਬੰਧ ਰੱਖਦੇ ਨੇ ਉਹਨਾਂ ਤੇ ਦੋਸ਼ ਸਨ ਕਿ ਉਹਨਾਂ ਨੇ ਭਾਰਤ ਵਿੱਚ ਕੁਝ ਟਾਰਗੇਟ ਕਿਲਿੰਗਸ ਹੋਈਆਂ ਨੇ ਉਹਨਾਂ ਦੇ ਲਈ ਉਹਨਾਂ ਦੇ ਵਿੱਚ ਸਿੱਧਾ ਡਾਇਰੈਕਟ ਉਹਨਾਂ ਦੀ ਇਨਵੋਲਵਮੈਂਟ ਹੈ ਉਹਨਾਂ ਦੇ ਵਿੱਚ ਉਹਨਾਂ ਦਾ ਹੱਥ ਹੈ ਇਸ ਦੇ ਲਈ ਉਹਨਾਂ ਨੇ ਉਕਸਾਇਆ ਲੋਕਾਂ ਨੂੰ ਤਿਆਰ ਕੀਤਾ ਔਰ ਇਹਨਾਂ ਟਾਰਗੇਟ ਟਾਰਗੇਟ ਕਿਲਿੰਗਸ ਦੇ ਲਈ ਜਿਹੜੀਆਂ ਇਹ ਹਤਿਆਵਾਂ ਹੋਈਆਂ ਨੇ ਉਹਦੇ ਲਈ ਜਿਹੜਾ ਪੈਸੇ ਦਿੱਤੇ ਨੇ ਤਾਂ ਇਸ ਤੇ ਨਿੱਜਰ ਦਾ ਕਹਿਣਾ ਸੀ ਕਿ ਭਾਰਤੀ ਅਥਾਰਟੀਆਂ ਉਹਦੇ ਉੱਪਰ ਜਿਹੜੇ ਇਲਜ਼ਾਮ ਲਗਾ ਰਹੀਆਂ ਉਹ ਝੂਠੇ ਨੇ ਫਿਰ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਤਾਂ ਮੋਸਟ ਵਾਂਟਡ ਲਿਸਟ ਸੀ ਇੱਕ ਜਿਹੜਾ ਅਤਵਾਦੀਆਂ ਦੀ ਬਣਾਈ ਗਈ ਅਤਵਾਦੀ ਕਿਹਾ ਜਾਂਦਾ ਜਿਨ੍ਹਾਂ ਨੂੰ ਭਾਰਤ ਸਰਕਾਰ ਦੇ ਵੱਲੋਂ ਜਾਂ ਵੱਖਵਾਦੀ ਦੀ ਜਿਹੜੀ ਇੱਕ ਮੋਸਟ ਵਾਂਟਡ ਲਿਸਟ ਸੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਫਰਵਰੀ ਦੇ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਭਾਰਤ ਫੇਰੀ ਦੌਰਾਨ ਦਿੱਤੀ ਗਈ ਸੀ ਤਾਂ ਇਸ ਲਿਸਟ ਵਿੱਚ ਹਰਦੀਪ ਸਿੰਘ ਨਿੱਜਰ ਦਾ ਵੀ ਨਾਮ ਸੀਗਾ ਇਸ ਤੋਂ ਬਾਅਦ ਹਰਦੀਪ ਸਿੰਘ ਨਿੱਜਰ ਹਰਾਂ ਤੋਂ ਕੈਨੇਡਾ ਦੇ ਵਿੱਚ ਇਸ ਮਸਲੇ ਤੇ ਪੁਸ਼ਗਿਸ਼ ਵੀ ਹੋਈ ਸੀ ਇਸ 24 ਘੰਟੇ ਜਿਹੜੀ ਇਹ ਪੁਸ਼ਗਿਸ਼ ਆ ਰਾਇਲ ਕੈਨੇਡੀਅਨ ਮਾਊਂਟੇਨ ਪੁਲਿਸ ਨੇ ਕੀਤੀ ਸੀਗੀ ਇਸ ਪੁਸ਼ਗਿਸ਼ ਤੋਂ ਬਾਅਦ ਹਰਦੀਪ ਸਿੰਘ ਨਿੱਜਰ ਨੂੰ ਜਿਹੜਾ ਛੱਡ ਦਿੱਤਾ ਗਿਆ ਸੀ ਉਹਨਾਂ ਤੇ ਕੋਈ ਵੀ ਜਿਹੜੇ ਚਾਰਜ ਆ ਉਹ ਨਹੀਂ ਲਗਾਏ ਗਏ ਸੀ ਹਾਲਾਂਕਿ ਆ ਜਿਹੜਾ ਜਦੋਂ ਕੈਪਟਨ ਮਨਿੰਦਰ ਸਿੰਘ ਰਾੜੀ ਜਿਹੜੀ ਐਪਲੀਕੇਸ਼ਨ ਉਹਦੀ ਕਾਰਵਾਈ ਕਰਦੇ ਆ ਕੈਨੇਡੀਅਨ ਸਰਕਾਰ ਨੇ ਉਹਨਾਂ ਤੋਂ ਜਿਹੜੀ ਪੁਸ਼ਗਿਸ਼ਾ ਉਹ ਕੀਤੀ ਸੀ ਤਾਂ ਜੁਲਾਈ 2020 ਦੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਦੇ ਤਹਿਤ ਇੱਕ ਅਤਵਾਦੀ ਉਹਨਾਂ ਨੂੰ ਕੋਸ਼ਿਸ਼ ਕੀਤਾ ਗਿਆ ਸਤੰਬਰ 2020 ਰਾਸ਼ਟਰੀ ਜਾਂਚ ਏਜੰਸੀ ਐਨਆਈ ਐਨਆਈਏ ਨੇ ਦੇਸ਼ ਵਿੱਚ ਉਸ ਦੀ ਜਾਇਦਾਦ ਜ਼ਬਤ ਕੀਤੀ ਸੀ ਉਹਨਾਂ ਦੀ ਜਾਇਦਾਦ ਦੀ ਗੱਲ ਕੀਤੀ ਜਾਵੇ ਤਾਂ ਜਲੰਧਰ ਦੇ ਵਿੱਚ ਉਹਨਾਂ ਦਾ ਇੱਕ ਘਰ ਹੈ ਉਹਨਾਂ ਦੇ ਜੱਦੀ ਪਿੰਡ ਤੇ 11 ਕਨਾਲ ਉਹਨਾਂ ਦੀ ਪ੍ਰਾਪਰਟੀ ਸੀ ਉਸ ਦੀ ਜਾਇਦਾਦ ਜ਼ਬਤ ਕਰ ਲਈ ਗਈ ਪੰਜਾਬ ਵਿੱਚ ਇੱਕ ਹਿੰਦੂ ਪੁਜਾਰੀ ਦੀ ਹੱਤਿਆ ਦਾ ਇਲਜ਼ਾਮ ਵੀ ਹਰਦੀਪ ਸਿੰਘ ਨਿੱਜਰ ਤੇ ਲੱਗਾ ਹਰਦੀਪ ਸਿੰਘ ਨਿੱਜਰ ਦੇ ਸਿਰ ਐਨਆਈਏ ਦੇ ਵੱਲੋਂ 10 ਲੱਖ ਦਾ ਜੁਰਮਾਨਾ ਲਗਾਇਆ ਗਿਆ ਸੀਗਾ ਇਸ ਦੇ ਨਾਲ ਹੀ ਦੱਸ ਦਈਏ ਕਿ ਰੈਫਰੈਂਡਮ 2020 ਦੇ ਵਿੱਚ 64 ਜਸਟਿਸ ਨਾਮ ਦੀ ਜਿਹੜੀ ਸੰਸਥਾ ਹੈ ਉਹਦੇ ਨਾਲ ਸੰਬੰਧ ਸੀ ਉਹਨਾਂ ਦੇ ਕੈਨੇਡਾ ਦੇ ਵਿੱਚ ਜਿਹੜੇ ਪ੍ਰਦਰਸ਼ਨ ਹੋਏ ਉਹਨਾਂ ਦੇ ਵਿੱਚ ਵੀ ਉਹ ਨਜ਼ਰ ਆਏ ਤਰ ਫਰੈਂਡਮ ਦੀਆਂ ਗਤੀਵਿਧੀਆਂ ਦੇ ਵਿੱਚ ਨਿਜਰ ਉਹ ਸ਼ਾਮਲ ਸਨ ਇਸ ਦੇ ਨਾਲ ਹੀ ਉਹਨਾਂ ਤੇ ਇਹ ਵੀ આરોਪ ਸਨ ਨਿਜਰ ਕੇਟੀਐਫ ਮੁਖੀ ਜਗਤਾਰ ਸਿੰਘ ਤਾਰਾ ਨੂੰ 2013 ਦੇ ਵਿੱਚ ਮਿਲਣ ਲਈ ਪਾਕਿਸਤਾਨ ਗਏ ਸਨ ਕੈਨੇਡਾ ਤੋਂ ਪਾਕਿਸਤਾਨ ਗਏ ਸਨ ਜਗਤਾਰ ਸਿੰਘ ਤਾਰਾ ਦੀ 2015 ਦੇ ਵਿੱਚ ਥਾਈਲੈਂਡ ਤੋਂ ਗ੍ਰਿਫਤਾਰੀ ਹੋ ਗਈ ਸੀ ਉਹਨਾਂ ਨੂੰ ਭਾਰਤ ਲਿਆਂਦਾ ਗਿਆ ਸੀਗਾ ਔਰ ਇਸ ਦੇ ਨਾਲ ਹੀ 2020 ਦੇ ਵਿੱਚ ਵੀ ਉਹਨਾਂ ਤੇ ਇੱਕ ਪਰਚਾ 2020 ਦੇ ਵਿੱਚ ਖੇਤੀ ਕਾਨੂੰਨਾਂ ਦਾ ਜਿਹੜਾ ਖੇਤੀ ਕਾਨੂੰਨਾਂ ਦੇ ਲੈ ਕੇ ਦਿੱਲੀ ਦੇ ਵਿੱਚ ਤਰਨਾ ਚੱਲ ਰਿਹਾ ਸੀਗਾ ਇਸ ਨੂੰ ਲੈ ਕੇ ਲੋਕਾਂ ਨੂੰ ਪੜਕਾਉਣ ਲੋਕਾਂ ਦੇ ਵਿੱਚ ਨਿਰਾਸ਼ਾ ਪੈਦਾ ਕਰਨ ਤੇ ਸਰਕਾਰ ਦੇ ਵਿਰੋਧ ਕਰਨ ਦੇ ਲਈ ਜਿਹੜਾ ਉਹਨਾਂ ਤੇ ਇਹ ਪਰਚਾ ਦਰਜ ਕੀਤਾ ਗਿਆ ਸੀਗਾ ਐਨਆਈ ਦੇ ਵੱਲੋਂ ਹੋਰ ਵੀ ਬਹੁਤ ਸਾਰੇ 2020 ਦੇ ਵਿੱਚ ਜਿਹੜੇ ਲੋਕ ਆ ਇਸ ਪਰਚੇ ਦੇ ਵਿੱਚ ਸ਼ਾਮਲ ਸੀ ਉਹਨਾਂ ਚ ਹਰਦੀਪ ਸਿੰਘ ਨਿੱਜਰ ਵੀ ਸਨ ਤਾਂ ਇੱਥੇ ਹੀ ਦੱਸ ਦਈਏ ਕਿ ਭਾਰਤ ਸਰਕਾਰ ਜਿਹੜਾ ਨੂੰ ਜ਼ਰੂਰੀ ਸਾਨੂੰ ਇਹਨਾਂ ਕੇਸਾਂ ਦੇ ਵਿੱਚ ਜਿਹੜੀਆਂ ਟਾਰਗੇਟਸ ਟਾਰਗੇਟ ਕਿਲਿੰਗਸ ਹੋਈਆਂ ਉਹਨਾਂ ਦੇ ਵਿੱਚ ਜਿਹੜਾ ਲੋੜੀ ਦੇ ਸਨ ਇਸ ਦੇ ਨਾਲ ਹੀ ਕੇਟੀਐਫ ਦੇ ਨਾਲ ਖਾਲਸਤਾਨ ਟਾਈਗਰ ਫੋਰਸ ਦੇ ਨਾਲ ਉਹਨਾਂ ਦੇ ਸਬੰਧ ਹੋਣ ਕਰਕੇ ਜਿਹੜਾ ਉਹ ਭਾਰਤ ਨੂੰ ਲੋੜੀ ਦੇ ਸੀਗੇ ਜਿਹੜੀਆਂ ਭਾਰਤ ਵਿਰੋਧੀ ਗਤੀਵਿਧੀਆਂ ਦੇ ਕਰਕੇ ਉਹ ਭਾਰਤ ਨੂੰ ਲੋੜੀ ਦੇ ਸੀਗੇ ਜਿਸ ਤਰ੍ਹਾਂ ਐਨਆਈਏ ਨੇ ਉਹਨਾਂ ਦੇ ਉੱਪਰ 10 ਲੱਖ ਦਾ ਇਨਾਮ ਰੱਖਿਆ ਗਿਆ ਰੱਖਿਆ ਸੀਗਾ ਤਾਂ ਪੰਜਾਬ ਸਰਕਾਰ ਦੀ ਜਿਹੜੀ ਮੋਸਟ ਵਾਂਟਡ ਲਿਸਟ ਸੀ ਉਹਦੇ ਵਿੱਚ ਹਰਦੀਪ ਸਿੰਘ ਨੇਜਰ ਹਰਾਂ ਦਾ ਨਾਮ ਸੀਗਾ ਤੈਨਾਂ ਮਾਮਲਿਆਂ ਦੇ ਵਿੱਚੋਂ ਭਾਰਤ ਸਰਕਾਰ ਨੂੰ ਲੋੜੀ ਦੇ ਸਨ ਤਾਂ ਕੈਨੇਡਾ ਦੇ ਵਿੱਚ ਕੈਨੇਡਾ ਸਰਕਾਰ ਦਾ ਇਹ ਕਹਿਣਾ ਕਿ ਅਸੀਂ ਬੋਲਣ ਦੀ ਪ੍ਰਗਟਾਵੇ ਦੀ ਆਜ਼ਾਦੀ ਦਿੰਨੇ ਆ ਜਿਹੜੀ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਹ ਸੀ ਹਰਦੀਪ ਸਿੰਘ ਨਿਜਰ ਹਾਰਾ ਦੇ ਬਾਰੇ ਧੰਨਵਾਦ